ਅੱਛਾ ਸਾਰੇ ਦੱਸੋ ਕਿਹਦੇ ਵਿੱਚ ਬੈਠੇ 11 ਸਾਲ 11 ਸਾਲ ਜੀ ਕਿਹੜੇ ਸ਼ਹਿਰ ਦੇ ਅਲੇਨ ਨਹੀਂ ਨਹੀਂ ਪਾਕਿਸਤਾਨ ਫੈਸਲਾਬਾਦ ਚਾਚਾ ਜੀ ਬਹਿ ਜਾਓ ਕੁਰਸੀ ਤੇ ਅੱਲਾ ਦੀ ਕਸਮ ਹੈ ਤੁਸੀਂ ਕਮੀਜ਼ ਨਾ ਨਾ ਪਾਈ ਹੁੰਦੀ ਤੇ ਮੈਨੂੰ ਇਹ ਨਹੀਂ ਪਤਾ ਲੱਗਣਾ ਕੁਰਸੀ ਥੱਲੇ ਆ ਕਿ ਤੁਸੀਂ ਉੱਤੇ ਆ ਚਾਚੇ ਨੂੰ ਮੈਂ ਕਿਹਾ ਸਾਰੀ ਦੁਨੀਆ ਮਰਾਸੀ ਮਰਾਸੀ ਕਹਿਣ ਡਈ ਆ 5 ਰੁਪਏ ਦਾ ਚਿੱਟਾ ਰੰਗ ਲਓ ਐਦਾਂ ਲਓ ਸਾਰੀ ਦੁਨੀਆ ਨੇ ਤੁਹਾਨੂੰ ਜ਼ੈਬਰਾ ਕਹਿਣਾ ਅੱਛਾ ਭੈਣ ਅੱਛਾ ਹੋਰ ਕੋਈ ਬਿਸਮਿਲ੍ਲਾ ਜੀ ਕੋ ਜੁਗਤ ਮਤਲਬ ਮੈਂ ਦੁਬਈ ਆਇਆ ਨਾ ਲੋਕਾਂ ਨੂੰ ਪਤਾ ਲੱਗੇ ਜੀ ਜੀ ਯਾਰ ਕਿ ਸਾਡੇ ਉੱਥੇ ਵੀ ਭਰਾ ਹੈ ਹਾਂਜੀ ਮਤਲਬ ਆਪਣਾ ਜਾਨੀ ਭਾਈ ਵਾਕੇ ਦੁਬਈ ਆਏ ਨੇ ਅੱਜ ਤੋਂ ਪਹਿਲਾਂ ਇਹਨਾਂ ਨੇ ਜਿੰਨੇ ਵੀ ਪ੍ਰੋਗਰਾਮ ਕੀਤੇ ਕੋ ਗੁਲਾਮਾਬਾਦ ਕੀਤਾ ਕੋ ਬੋਲੇ ਦੀ ਝੁੱਗੀ ਕੋ ਮਾਈ ਦੀ ਝੁੱਗੀ ਕੋ ਮਿਲਰ ਟੋਨ ਕੋ ਨੂਰ ਟੋਨ ਕੋ ਸਰ ਸਈਏ ਟੋਨ ਆ ਪਹਿਲਾ ਪ੍ਰੋਗਰਾਮ ਜਨਾਬ ਇਹਨਾਂ ਨੇ ਦੁਬਈ ਕੀਤਾ ਜਹਾਜ਼ ਦੇ ਵਿੱਚ ਬੈਠੇ ਤੇ 에ਅਰ ਹੋਸਟੈਸ ਨੇ ਅਨਾਉਂਸਮੈਂਟ ਕੀਤੀ ਕਿ ਇਸ ਵਕਤ ਹਮ 10,000 ਫੁੱਟ ਦੀ ਬੁਲੰਦੀ ਦੇ ਉੱਪਰ ਉੱਡ ਰਹੇ ਆ ਜਾਨੀ ਭਾਈ ਹਲਕੇ ਜੇ ਕੰਬ ਗਏ ਜ਼ਾਰੀ ਗੱਲ ਅੰਦਰ ਉਹਦੇ ਵਿੱਚ ਫਿਰ ਹੋਈ ਹੈ ਨਾ ਦੂਸਰੀ ਵਾਰੀ ਫਿਰ ਉਹਨੇ ਅਨਾਉਂਸਮੈਂਟ ਕੀਤੀ ਇਸ ਵਕਤ ਹਮ 20,000 ਫੁੱਟ ਦੀ ਬੁਲੰਦੀ ਦੇ ਉੱਪਰ ਉੱਡ ਰਹੇ ਆ ਜਾਨੀ ਭਾਈ ਹੋਰ ਜ਼ਰਾ ਕੰਬ ਗਏ ਤੀਸਰੀ ਵਾਰੀ ਉਹਨੇ ਅਨਾਉਂਸਮੈਂਟ ਕੀਤੀ ਇਸ ਵਕਤ ਹਮ 30,000 ਫੁੱਟ ਦੀ ਬੁਲੰਦੀ ਦੇ ਉੱਪਰ ਉੱਡ ਰਹੇ ਆ ਜਿਸ ਤਰ੍ਹਾਂ ਉਹਨੇ ਅਨਾਉਂਸਮੈਂਟ ਕਰਕੇ ਬਾਹਰ ਆਈ ਜਾਨੀ ਉਹਦੇ ਪੈਰਾਂ 'ਚ ਬੈਠ ਗਿਆ ਬਾਜੀ ਜਿੰਨਾ ਮਰਜ਼ੀ ਉੱਚਾ ਜਹਾਜ਼ ਡਾਓ ਦੱਸੋ ਨਾ ਤੁਸੀਂ ਦੱਸਦੇ ਆ ਤਾਂ ਮੈਨੂੰ ਟੈਨਸ਼ਨ ਹੁੰਦੀ ਮੈਨੂੰ ਟੈਨਸ਼ਨ ਹੁੰਦੀ ਨਹੀਂ ਹੋਰ ਜਿਹੜੀ 에ਅਰ ਹੋਸਟਸ ਕਿਹੜੀ ਜਿਹਨੇ ਨਾਲ ਇੰਚੀ ਟੇਪ ਵੀ ਫੜਿਆ ਵੀ ਅਸੀਂ ਇੰਨੇ ਉੱਤੇ ਹੋ ਗਏ ਤੇ ਇੰਨੇ ਨਹੀਂ ਉਹ ਜਦੀਦ ਦੌਰ ਹੈ ਨਾ ਹੁਣ ਤੇ ਕੰਪਿਊਟਰ ਹੁਣ ਤੇ ਕੰਪਿਊਟਰ ਦੱਸ ਦਿੰਦਾ ਜਨਾਬ ਸਾਰੀਆਂ ਗੱਲਾਂ ਅਸੀਂ ਇੰਨੇ ਉੱਤੇ ਹਾਂ ਹਾਂਜੀ ਅਸੀਂ ਇੰਨਾ ਉੱਤੇ ਹੈਗੇ ਅੱਛਾ ਇੱਕ ਸਵਾਲ ਦਾ ਜਵਾਬ ਦਿਓ ਨਾ ਜੀ ਅੱਛਾ ਇੱਕ ਛੋਟੀ ਜਿਹੀ ਜੁਗਤ ਕਿਉਂਕਿ ਮੈਂ ਯਾਦ ਦੋ ਹੀ ਕੀਤੀਆਂ ਬਾਕੀ ਸਾਰੀਆਂ ਫੇਲ ਬਦੀ ਹੈ ਅੱਛਾ ਜਾਨੀ ਭਾਈ ਜਨਾਬ ਆਪਣਾ ਦੁਬਈ ਜਾ ਕੇ ਪੀਜ਼ਾ ਖਾਣ ਦਾ ਇਹਨਾਂ ਦਾ ਮਨ ਹੋਇਆ ਪੀਜ਼ਾ ਖਾਣ ਗਏ ਤੇ ਪੀਜ਼ੇ ਦੇ ਵਿੱਚ ਨਾ 1000 ਆਈਟਮਾਂ ਵਾ ਜਨਾਬ ਸਰ ਤੁਹਾਡਾ ਜਿਹੜਾ ਨਾ ਪੀਜ਼ਾ ਅਸੀਂ ਫਾਈਨਲ ਕਰਨ ਲੱਗੇ ਤੁਸੀਂ ਤਾਂ ਬੱਸਾਂ ਹੀ ਸੌਦਾ ਵੇਚਦੇ ਰਹੇ ਯਾਰ ਤੂੰ ਸੁਣ ਤੇ ਲੈ ਯਾਰ ਮਤਲਬ ਕੀ ਹੋ ਗਿਆ ਯਾਰ ਡਾਇਰੈਕਟ ਤੁਸੀਂ ਮੂਤੇ ਤੇ ਆਓ ਤੁਸੀਂ ਕਹੋ ਜਾਨੀ ਭਾਈ ਪੀਜ਼ਾ ਖਾਣ ਗਏ ਅਗੋਂ ਯਾਰ ਗੱਲ ਸੁਣੋ ਤੁਸੀਂ ਫਨ ਦੀ ਤਾਰੀਫ ਨਹੀਂ ਕਰਨ ਦੇ ਆ ਜਨਾਬ ਆਪਣੀ ਵਿੱਚ ਉਹਨੇ ਜੁਗਤ ਪਾ ਲਈ ਦੱਸੋ ਨਾ ਤੁਸੀਂ ਇੱਥੇ ਆਈਟਮ ਕਰਨ ਲਾ ਇਹ ਆਈਟਮਾਂ ਕਰਦੇ ਬੱਸਾਂ ਚੜ ਗਏ ਤੁਸੀਂ ਸਿੱਧਾ ਕਹੋ ਕਿ ਭਾਈ ਜਾਨੀ ਪੀਜ਼ਾ ਖਾਣ ਗਿਆ ਆ ਦੇਖੋ ਜੀ ਆ ਜਾਨੀ ਪੀਜ਼ਾ ਖਾਣ ਗਿਆ ਤੁਹਾਨੂੰ ਪਤਾ ਪੀਜ਼ੇ ਦਾ ਮੌਸਮ ਆ ਪੀਜ਼ਾ ਬੜੀ ਅੱਛੀ ਚੀਜ਼ ਹੁੰਦੀ ਹੈ ਫਲਾਂ ਜਗ੍ਹਾ ਦਾ ਪੀਜ਼ਾ ਇਹ ਕੀ ਗੱਲ ਹੋਈ ਪਹਿਲਾਂ ਯਾਰ ਇਹਨੇ ਮੌਸਮ ਕੋਲੋਂ ਪਾ ਲਿਆ ਜਿਵੇਂ ਸਹੀ ਜੀ ਮੌਸਮ ਇਹਨੇ ਕੋਲੋਂ ਪਾ ਲਿਆ ਜੀ ਅੱਛਾ ਜੀ ਜਾਨੀ ਜਨਾਬ ਪੀਜ਼ਾ ਖਾਣ ਗਿਆ ਉਹਨੇ ਜਨਾਬ ਕੁੜੀ ਨੇ ਨਾ ਪੀਜ਼ੇ ਦਾ ਆਰਡਰ ਰਿਪੀਟ ਕੀਤਾ ਕਿ ਜਾਨੀ ਦਾ ਪੀਜ਼ਾ ਜਿਹੜਾ ਨਾ ਚਿਕਨ ਪੈਪਰੋਨੀ ਆ ਐਕਸਟਰਾ ਚਿਕਨ ਹੈਗਾ ਵਾ ਐਕਸਟਰਾ ਚੀਜ਼ ਹੈਗਾ ਵਾ ਜਾਨੀ ਕੋਈ ਹੋਰ ਚੀਜ਼ ਵਿੱਚ ਐਡ ਕਰਵਾਣੀ ਆ ਜਾਨੀ ਕਹਿੰਦਾ 2 ਪੈਰਾਸੀਟਾਮੋਲ ਪਾ ਦੇ ਮੇਰਾ ਪਿੰਡਾ ਦਰਦ ਕਰਨ ਦੇ ਆ ਪੀਜ਼ੇ ਚ ਹੈਲੋ ਤੁਸੀਂ ਉਰੇ ਆਓ ਉਰੇ ਆਓ ਇਧਰ ਆਓ अल्लाह माफी दे कसम तरीजा वाला कफन हुंदा चुप कर जो यार चाचा ही नहीं मैं प्लेटा पाई हुंदियां कबर नूं प्लेटा पाई हुंदियां प्लेसी वाली कबर हुंदी चुप कर जो चलो उड़न वाली बस हुंदी जिथे भी जानी भाई गए ने किसी ने कुछ खिताब दिता किसी ने कुछ खिताब दिता लेकिन मैं अज दुबई दे विच बैठा जानी भाई नूं जनाब अपना फैसलाबाद दा बल्कि पाकिस्तान दा बल्कि दुनिया दा बुरजुल मरासी कहिंदा जी लेकिन गल मैं जिदा की मर्जी करा तू हसना वा एहो जे बंदे मैं दसन लगा सा ना कि दुबई आउंदे ना बाद च वापस जाते ने चार पांच साल बाद ਤੁਸੀਂ ਮੈਨੂੰ ਕਿਉਂ ਨਹੀਂ ਉਹ ਗੱਲ ਪੂਰੀ ਕਰਨ ਦੇ ਰਹੇ ਦੂਜੀ ਵਾਰੀ ਟੋਕ ਲਈ ਤੁਸੀਂ ਹੈ ਚਾਚ ਓ ਯਾਰ ਆਪਣੇ ਪਿੰਡ ਰੋਕ ਗਏ ਓਏ ਆਪਣੇ ਪਿੰਡ ਆਰਾਮ ਨਾਲ ਬਾਹਰ ਨਹੀਂ ਨਹੀਂ ਬੋਲਣ ਦੇ ਮਜ਼ਾ ਆ ਰਿਹਾ ਇਹੋ ਜਿਹੇ ਚਾਚੇ ਲੈ ਹੁਣ ਮੈਂ ਉਹਦੇ ਗੱਲ ਨੇ ਨਾ 2 ਵਾਰੀ ਕਰਨ ਦਿੱਤੀ ਹੁਣ ਮੈਂ ਤੁਹਾਡੇ ਤੇ ਕਰਨੀ ਇਹੋ ਜਿਹੇ ਚਾਚੇ ਕਸਮੇ 25 ਸਾਲ ਦੁਬਈ ਚ ਵਾਪਸ ਜਾ ਕੇ ਨਾ ਲੋਕਾਂ ਦੇ ਬੱਚੇ ਕਹਿੰਦੇ ਹਮਨੇ ਵਾਂ ਪੇ ਯੇ ਕੀ ਹਮਨੇ ਵਾਂ ਪੇ ਦੇਖੋ ਪਾਕਿਸਤਾਨ ਮੇ ਕੋਠੀ ਬਣਾ ਲਈ ਪੈਸੇ ਵੇਚ ਕੇ ਇਹੋ ਜੇ ਚਾਚੇ 25 ਸਾਲ ਬਾਅਦ ਜਾ ਕੇ ਸਿਰਫ ਯਾਰਾਂ ਦੋਸਤਾਂ ਨੂੰ ਇਹ ਕਹਿੰਦੇ ਬਾਵਾ ਜੀ ਦੁਬਈ ਜਾਏਗਾ ਨਾ ਤਾਂ ਸੜਕ ਤੇ ਥੁੱਕ ਨਾ ਸਿੱਟੀ ਜੁਰਮਾਨਾ ਬਹੁਤ ਹੋ ਜਾਂਦਾ ਇੱਥੇ ਕਸਮੇ ਇਹੋ ਜੇ 25 ਸਾਲ ਬਾਅਦ ਵੀ ਉਹੀ ਚੱਲ
ਸਾਰੀ ਦੁਨੀਆ ਪਤਾ ਨਾ ਹੈਲੋ ਐਕਸਕਿਊਜ਼ ਮੀ ਵੇਅਰ ਯੂ ਫਲਾਂ ਵੇਅਰ ਯੂ ਐਲਫਾ ਟਾਵਰ ਵੇਅਰ ਇਹੋ ਜਿਹੇ ਬੰਦੇ ਸੁਣਦਾ ਚਾਚਾ ਜੀ ਉਲਟੀ ਕਰਨੀ ਹੋਵੇ ਤਾਂ ਕਿੱਥੇ ਜਗ੍ਹਾ ਮਿਲੇਗੀ ਇਸ ਤਰ੍ਹਾਂ ਯਾਨੀ ਇਹਨਾਂ ਦੇ ਇਹਨਾਂ ਨੂੰ ਸੁਣ ਰਹੇ ਪਤਾ ਚਾਚਾ ਜੀ ਆਪਣਾ ਵਾਸ਼ਰੂਮ ਕਿੱਥੇ ਕਰਕੇ ਹੋਣਗੇ ਜਿਹਨੂੰ ਤੁਹਾਨੂੰ ਕਦੀ ਨਹੀਂ ਬੰਦਾ ਪੁੱਛ ਸਕਦਾ ਚਾਚੇ ਤੇਰਾ ਐਡਰੈਸ ਦੱਸ ਰਿਹਾ ਮੈਂ ਬੁਰਜ ਖਲੀਫਾ ਜਾਣਾ ਨਾ ਤੁਹਾਨੂੰ ਤੁਸੀਂ 20 ਸਾਲ ਬਾਅਦ ਕੋਈ ਬੰਦਾ ਉਹਨੂੰ ਦੂਰੋਂ ਪਤਾ ਲੱਗਣਾ ਯਾਰ ਇਸ ਚਾਚੇ ਨੂੰ ਪਤਾ ਹੋਣਾ ਕਿ ਥੁੱਕ ਸਹੀ ਕਿੱਥੇ ਸਿੱਟੀ ਹੈ ਤੇ ਜੁਰਮਾਨਾ ਨਹੀਂ ਹੁੰਦਾ ਕਸਮੇ ਚਾਚੇ ਉਹਨਾਂ ਨੇ 25 ਸਾਲਾਂ ਦੇ ਵਿੱਚ ਨਾ ਸਿਰਫ ਇੱਕ ਵਾਰੀ ਥੁੱਕ ਸੁੱਟਿਆ ਸੀਗਾ ਜਦੋਂ ਪਤਾ ਲੱਗਾ ਇਹਦੇ ਉੱਤੇ ₹1000 ਜੁਰਮਾਨਾ ਚੁੱਕ ਲਿਆ ਵਾਪਸ ਚੁੱਕ ਲਿਆ ਦੁਬਈ ਦੇ ਰਿਚ ਇਹ ਪਾਕਿਸਤਾਨ ਦੇ ਰਿਚ ਮੈਨ ਸੀ ਰਿਚ ਮੈਨ ਸੀ ਇੱਥੇ ਰਿਚ ਮੈਨ ਹੋ ਨਹੀਂ ਇੱਥੇ ਵੀ ਮਾਸ਼ਾਅੱਲਾ ਰਿਚ ਜਨਾਬ ਹਾਂਜੀ